ਦੇਰ ਇਜ਼ ਅਨਦਰ ਰੀਜ਼ਨ ਵਾਈ ਇੰਡੀਆ ਲਾਸਟ ਵਰਲਡ ਕੱਪ ਫਾਈਨਲ ਇਹਨਾਂ ਨੇ ਨਾ ਫੀਲਡਿੰਗ ਬਹੁਤ ਹੀ ਮਾੜੀ ਕੀਤੀ ਤੇ ਜੇ ਆਪਾਂ ਆਸਟ੍ਰੇਲੀਆ ਦੀ ਫੀਲਡਿੰਗ ਦੇਖਦੇ ਆ ਉਹਨਾਂ ਦੇ ਸ਼ੁਰੂ ਤੋਂ ਲੈ ਕੇ ਕਿੰਨੇ ਉਹਨਾਂ ਨੇ ਚੌਕੇ ਬਚਾਏ ਕਿੰਨੇ ਉਹਨਾਂ ਨੇ ਮਤਲਬ ਮਤਲਬ ਕੈਚ ਜਿਹੜਾ ਰੋਹਿਤ ਸ਼ਰਮਾ ਦਾ ਕਿੰਨਾ ਔਖਾ ਕੈਚ ਕੀਤਾ ਉਹਨਾਂ ਲੁੱਬੂ ਸ਼ੇਨ ਨੇ ਉਸ ਤੋਂ ਬਾਅਦ ਤੇ ਕੇਐਲ ਰਾਹੁਲ ਹੋਣੇ ਉਹ ਛੱਡੀ ਜਾ ਰਹੇ ਪਿੱਛੋਂ ਬੋਲਾ ਮੁਹੰਮਦ ਸ਼ਾਮੀ ਹੋਣੇ ਮਤਲਬ ਵਾਈਡੀ ਮਾਰੀ ਜਾ ਰਹੇ ਬੋਲਾ ਕਿ ਤੇ ਥੋੜਾ ਜਿਹਾ ਕੰਪੈਰੀਜ਼ਨ ਕਰਕੇ ਦੇਖਿਓ ਆਸਟ੍ਰੇਲੀਆ ਵਾਲੇ ਨਾ ਉਹ ਵੀ ਚੋਕਾ ਬਚਾ ਲੈਂਦੇ ਜਿਹੜਾ ਜਿਹੜਾ ਨਹੀਂ ਬਚਦਾ ਹੈਗਾ ਜੀ ਲਾਗੇ ਛਾਗੇ ਪਲੇਅਰ ਹੋਏ ਨਾ ਉਹ ਡਾਈਵ ਮਾਰ ਕੇ ਜਾਂ ਕਿਸੇ ਤਰ੍ਹਾਂ ਵੀ ਤੇਜ ਆ ਕੇ ਬਚਾ ਲੈਂਦੇ ਤੇ ਇੰਡੀਆ ਵਾਲੇ ਤੁਹਾਡੇ ਸਾਹਮਣੇ ਬੋਲ ਲੰਗ ਜਾਂਦੇ ਫਿਰ ਵੀ ਇਹ ਸੋਚਦੇ ਰਹਿੰਦੇ ਕਿ ਕੀ ਕਰੀਏ ਕੀ ਨਾ ਕਰੀਏ 240 ਰਨ ਤੁਸੀਂ ਮਾਰੇ ਆ ਤੇ ਇੰਨੀ ਮਾੜੀ ਫਿਲਡਿੰਗ ਕਰਦੇ ਪਿਓ ਬਾਏ ਦੇ ਰਨ ਇੰਨੇ ਦੇ ਜਾ ਰਹੇ ਹੋ ਤੁਸੀਂ ਜਿਤਨਾ ਕਿਥੋਂ ਆ ਜਿਆਦਾ ਤੁਸੀਂ ਕੋਈ ਪਹਿਲੀ ਗੱਲ ਤੇ ਤੁਸੀਂ ਤੁਹਾਡਾ ਟਾਰਗੇਟ ਹੋਣਾ ਚਾਹੀਦਾ 3350 ਤੇ ਲਾਗੇ ਸ਼ੱਕੇ ਸਕੋਰ ਦਾ ਉਹ ਤੁਹਾਡੇ ਕੋ ਬਣਿਆ ਨਹੀਂ ਤੇ ਤੁਹਾਨੂੰ ਫਿਲਡਿੰਗ ਵਧੀਆ ਕਰਨੀ ਚਾਹੀਦੀ ਉਹ ਤੁਸੀਂ ਕੀਤੀ ਨਹੀਂ ਤੇ ਹਾਰਨਾ ਤੇ ਆਪੇ ਸੀ ਹਰ ਇੱਕ ਪਾਸੇ ਫੇਲ ਹੋਏ